ਇੱਕ ਵਾਰੀ ਫੇਰ ਆਪ ਜੀ ਨੂੰ ਚੈਨਲ ਪੰਜਾਬੀ ਉੱਪਰ ਨਿੱਘੀ ਜੀ ਆਇਆ। ਦੂਸਰੀ ਖਬਰ ਜਿਹੜੀ ਧਿਆਨ ਮੰਗਦੀ ਹੈ ਉਸ ਦੇ ਬਾਰੇ ਹੁਣ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਜਿੱਥੇ ਡਾਕਟਰ ਹਰਜਿੰਦਰਪਾਲ ਸਿੰਘ ਵਾਲੀਆ, ਮੈਂ ਪਹਿਲਾਂ ਦੱਸਿਆ, ਮੁਖੀ ਥਾਪੇ ਗਏ ਨੇ ਹੁਣ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ, ਉਸ ਦੇ ਨਾਲ ਇਹ ਡਾਇਰੈਕਟਰ IAS ਅਕੈਡਮੀ ਦੇ ਨੇ ਜਿੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ, ਔਰ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਸਰਪ੍ਰਸਤ ਨੇ, ਉਸ ਦੇ ਨਾਲ ਨਾਲ ਇਹ ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਦੇ ਵੀ ਚੇਅਰਮੈਨ ਨੇ, ਉਸ 'ਚ ਹੋਰ ਵੀ ਬੜੇ ਅੱਛੇ ਸੱਜਣ ਕੰਮ ਕਰ ਰਹੇ ਨੇ। ਇੱਕ ਇਹਨਾਂ ਨੇ ਮੁੱਦਾ ਉਠਾਇਆ ਹੋਇਆ ਸੀਗਾ ਬੜੇ ਚਿਰ ਤੋਂ, ਇਹਨਾਂ ਦੀ ਸਾਰੀ ਸਮੁੱਚੀ ਟੀਮ ਨੇ, ਕਿ ਕੈਂਸਰ ਦੀਆਂ ਦਵਾਈਆਂ ਬਹੁਤ ਮਹਿੰਗੀਆਂ ਨੇ, ਪਾਣੀ ਦਾ ਤਾਂ ਸਰਕਾਰ ਅਜੇ ਕੁਝ ਕਰ ਨਹੀਂ ਰਹੀ, ਲੇਕਿਨ ਜਿਹੜੇ ਵਿਚਾਰੇ ਗਰੀਬ ਜਾਂ ਕੋਈ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕਿਆ ਮਾਲਵੇ ਦੇ ਅੰਦਰ ਜ਼ਿਆਦਾਤਰ, ਉਹਨਾਂ ਨੂੰ ਕਮ ਸੇ ਕਮ ਦਵਾਈਆਂ ਤਾਂ ਸਸਤੀਆਂ ਮੁਹੱਈਆ ਕਰਵਾਈਆਂ ਜਾਣ। ਇਹਨਾਂ ਨੇ ਪਟੀਸ਼ਨ ਇੱਕ ਹਾਈ ਕੋਰਟ 'ਚ ਦਾਇਰ ਕੀਤੀ ਸੀ, ਉਸ ਪਟੀਸ਼ਨ ਸਰਕਾਰ ਕੀ ਕਰ ਰਹੀ ਹੈ ਉਸ ਦੇ ਬਾਰੇ ਇਸ ਖਬਰ ਦੇ ਉੱਤੇ ਵਾਲੀਆ ਸਾਹਿਬ ਦੀ ਜਿਹੜੀ ਨਜ਼ਰ ਹੈ ਉਹ ਸੁਣਦੇ ਹਾਂ। ਜੀ ਵਾਲੀਆ ਸਾਹਿਬ, ਜੀ ਬਿਲਕੁਲ ਤੁਸੀਂ ਠੀਕ ਹੈ, ਤੇ ਇਹਦੇ ਨਾਲ ਹੀ ਸਾਡੇ ਦਰਸ਼ਕ ਜਿਹੜੇ ਨੇ, ਖਾਸ ਤੌਰ ਤੇ ਚੈਨਲ ਪੰਜਾਬੀ ਦੇ ਦਰਸ਼ਕ ਬੜੇ ਜਾਗਰੂਕ ਨੇ ਜੀ, ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਬਿਮਾਰੀ ਹੈ, ਉਹ ਕੈਂਸਰ ਹੈ, ਔਰ ਕੈਂਸਰ ਸਿਰਫ ਲੋਕਾਂ ਨੂੰ ਨਹੀਂ ਹੋਇਆ, ਪੰਜਾਬ ਦੀ ਧਰਤੀ ਨੂੰ ਵੀ ਕੈਂਸਰ ਹੋ ਗਿਆ, ਤੇ ਖਾਸ ਤੌਰ ਤੇ ਮਾਲਵਾ ਬੈਲਟ ਤਾਂ ਬੁਰੀ ਤਰੀਕੇ ਨਾਲ ਇਸ ਕੈਂਸਰ ਦੀ ਜਿਹੜੀ ਬਿਮਾਰੀ ਨਾਲ ਪੀੜਿਤ ਹੈ। ਬਿਲਕੁਲ, ਨਾਲੇ ਤੋਂ ਚੱਲ ਪਓ ਤੁਸੀਂ ਬਠਿੰਡਾ ਤੇ ਫਰੀਦਕੋਟ, ਸਾਰਾ ਮਾਲਵਾ ਬੈਲਟ, ਇੱਕ ਇੱਕ ਘਰ ਚ ਚਾਰ ਚਾਰ ਕੇਸ ਵੀ ਅਸੀਂ ਦੇਖੇ ਨੇ, ਤੇ ਇੰਨੇ ਕੈਂਸਰ ਦੀ ਜਿਹੜੀ ਉਹਦੇ ਚੋਂ ਕੈਂਸਰ ਦੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਹੈ ਬਹੁਤ ਮਹਿੰਗਾ ਹੈ, ਔਰ ਜਿਹੜਾ ਮਹਿੰਗਾ ਇਲਾਜ ਲੋਕਾਂ ਨੂੰ ਬਹੁਤ ਗਰੀਬ ਕਰ ਰਿਹਾ, ਤੇ ਗਰੀਬ ਜਿਹੜਾ ਹੈ ਉਹ ਬਿਮਾਰੀ ਦਾ ਇਲਾਜ ਨਹੀਂ ਕਰਾ ਸਕਦਾ। ਇਸ ਹਾਲਾਤ ਦੇ ਵਿੱਚ ਫਿਰ ਸਾਹਿਬ ਅਸੀਂ ਕੋਸ਼ਿਸ਼ ਕੀਤੀ ਸੀ ਤੁਹਾਡੀ ਮਦਦ ਨਾਲ, ਇੱਥੋਂ ਦੇ ਸਹਿਯੋਗ, ਪ੍ਰਵਾਸੀ ਵੀਰਾਂ ਦੇ ਸਹਿਯੋਗ ਦੇ ਨਾਲ, ਕਿ ਕੁਛ ਕੈਂਸਰ ਪੀੜਤਾਂ ਨੂੰ ਜਿਹੜੀ ਹੈ ਦਵਾਈ ਮੁਹੱਈਆ ਕਰਵਾਈ ਜਾਵੇ। ਤੋਂ ਹੋਇਆ ਇਹ ਕਿ ਜਦੋਂ ਇਹ ਦਵਾਈ ਇੰਨੀਆਂ ਮਹਿੰਗੀਆਂ ਸੀ ਤਾਂ ਅਸੀਂ ਸਰਕਾਰ ਨੂੰ ਕਿਹਾ ਕਿ ਤੁਸੀਂ ਕੁਛ ਮਦਦ ਕਰੋ, ਹਾਲਾਂਕਿ ਸਰਕਾਰ ਦੇ ਮੁੱਖ ਮੰਤਰੀ ਰਾਹਤ ਕੋਸ਼ ਦੇ ਵਿੱਚ 1.5 ਲੱਖ ਦੀ ਹੁਣ ਰਾਸ਼ੀ ਦੇਣ ਦੀ, ਦਵਾਈਆਂ ਦੇਣ ਦੀ ਗੱਲ ਕਹੀ ਹੈ। ਉਸ ਵੇਲੇ ਮੁੱਖ ਮੰਤਰੀ ਪੰਜਾਬ, ਕਿਉਂਕਿ ਬੀਬੀ ਸੁਰਿੰਦਰ ਕੌਰ ਬਾਦਲ ਜਾ ਚੁੱਕੇ ਸੀ, ਉਹਨਾਂ ਦੇ ਮਨ ਚ ਵੀ ਸ਼ਾਇਦ ਕੋਈ ਹਮਦਰਦੀ ਦਾ ਭਾਵ ਸੀ। ਇੱਕ ਗੌਰਮੈਂਟ ਕਾਲਜ ਹੈਗਾ ਫਰੀਦਕੋਟ, ਉੱਥੋਂ ਦੇ ਜਦੋਂ ਅਸੀਂ ਮੈਡੀਸਨ ਖਰੀਦੀ 1200 ਰੁਪਏ ਦੀ, MRP ਜਿਹੜੀ ਮੈਡੀਸਨ ਤੇ ਲਿਖਿਆ ਹੁੰਦਾ ਨਾ, ਮੈਕਸੀਮਮ ਰਿਟੇਲ ਪ੍ਰਾਈਸ 17,000 ਸੀ, ਦਵਾਈ ਮਿਲੀ 11,000 ਕੁਛ ਰੁਪਏ ਦੀ, ਸਗੋਂ 1200 ਦੀ ਗੱਲ ਸੀ, ਲੇਕਿਨ ਉਹੀ ਦਵਾਈ ਬਾਹਰ 17,000 ਦੀ, 11,000 ਦੀ, ਅੰਦਰ 790 ਰੁਪਏ ਦੀ। ਇਸ ਤਰ੍ਹਾਂ ਦੇ ਹਾਲਾਤ ਨਾਲ ਅਸੀਂ ਸਿੱਧਾ ਰਸੂਦਾ ਇਕੱਠਿਆ ਕਰਕੇ ਗੌਰਮੈਂਟ ਨੇ ਲਿਖਿਆ ਵੀ ਇਹ ਇੰਨਾ ਲੁੱਟ ਕਿਉਂ ਹੈ, ਇੰਨਾ ਫਰਕ ਕਿਉਂ ਹੈ, ਤਾਂ ਕਿਸੇ ਨੇ ਕੋਈ ਗੱਲ ਨੀ ਸੁਣੀ, ਤੇ ਫਿਰ ਅਸੀਂ ਮਾਨਯੋਗ ਹਾਈ ਕੋਰਟ ਜਿਹੜੀ ਪੰਜਾਬ ਭਰ ਹੈ ਨਾ, ਹਾਈ ਕੋਰਟ ਨੂੰ ਇਹ ਕੇਸ ਭੇਜਤਾ, ਕਟਿੰਗ ਭੇਜੀ ਮੀਡੀਆ ਦੀ। ਤੇ ਹੋਇਆ ਕੀ ਕਿ ਹਾਈ ਕੋਰਟ ਨੇ ਆਪਣੇ ਪੱਧਰ ਤੇ ਇੱਕ ਵਕੀਲ ਦਿੱਤਾ, ਤੇ ਇਹ ਕੇਸ ਜਿਹੜਾ ਹੈ ਉਹ ਸੁਣਵਾਈ ਚੋਂ ਲੈ ਲਿਆ, ਟੇਕ ਓਵਰ ਕਰ ਲਿਆ। ਇਸਦੀ ਸੁਣਵਾਈ ਸੀ ਕੱਲ ਹਾਈ ਕੋਰਟ ਨੇ, ਇੱਕ ਪਾਸੇ ਤਾਂ ਇਹ ਕਿਹਾ ਕਿ ਕੈਂਸਰ ਦੀਆਂ ਦਵਾਈਆਂ ਨੂੰ ਡਰੱਗਸ ਕੰਟਰੋਲ ਐਕਟ ਦੇ ਅੰਡਰ ਲਿਆ ਕੇ ਘੱਟੋ ਘੱਟ ਕੈਂਸਰ ਦੀਆਂ ਦਵਾਈਆਂ ਜਿਹੜੀਆਂ ਉਹ ਸਸਤੀਆਂ ਦਿੱਤੀਆਂ ਜਾਣ। ਦੂਜੀ ਗੱਲ, ਉਹਨਾਂ ਨੇ 7 ਮਈ ਦਾ ਕੇਸ ਪਾਇਆ ਜਿਹਦੇ ਚ ਜਿਹੜੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਸੰਮਨ ਕੀਤਾ, ਤਾਂ ਕਿ ਇਹ ਦੇਖਿਆ ਜਾਵੇ ਲੁੱਟ ਇੱਡੀ ਵੱਡੇ ਪੱਧਰ ਤੇ ਕਿਵੇਂ ਹੋ ਰਹੀ ਹੈ, ਕਿਹਦੇ ਕੋਲ ਪੈਸਾ ਜਾਂਦਾ, ਕੀ ਇੰਨਾ ਜਿਹੜਾ ਪੈਸਾ ਉਹ ਡਾਕਟਰ ਲੈ ਜਾਂਦੇ ਨੇ, ਦਵਾਈਆਂ ਵਾਲੀਆਂ ਕੰਪਨੀਆਂ ਨੇ ਕੌਣ ਕਮਾਉਂਦਾ, ਇਹ 7 ਮਈ ਤੇ ਪਾਇਆ। ਲੇਕਿਨ ਇਸ ਹਾਲਾਤ ਦੇ ਵਿੱਚ ਜਿਹੜਾ ਸਾਨੂੰ ਫਾਇਦਾ ਹੋਇਆ ਹੋਇਆ, ਦਵਾਈਆਂ ਹੁਣ ਸਸਤੀਆਂ ਮਿਲਣਗੀਆਂ। ਮਹੇਸ਼ ਇੰਦਰ ਸਿੰਘ ਇੱਕ ਜਿਹੜਾ MLA ਹੈ, ਉਸਨੇ ਅਕਾਲੀ, ਉਸਨੇ 17 ਮਾਰਚ ਨੂੰ ਕੇਸ ਇਸ ਵਾਰ ਦੇ ਸੈਸ਼ਨ ਦੇ ਵਿੱਚ ਪੰਜਾਬ ਵਿਧਾਨ ਸਭਾ ਚ ਉਠਾਇਆ, ਉਹਦੇ ਵਿੱਚ ਜਿਹੜਾ ਧਿਆਨ ਦਵਾਈ ਮਤਾ ਸੀ ਉਹਦੇ ਵਿੱਚ ਗਿੱਲ ਸਾਹਿਬ ਨੇ, ਪੰਜਾਬ ਦਾ ਜਿਹੜਾ ਸਿਹਤ ਮੰਤਰੀ ਹੈ ਮਦਨ ਮੋਹਨ ਮਿੱਤਲ ਨੇ ਇਹ ਕਿਹਾ ਕਿ ਅਸੀਂ ਕੈਂਸਰ ਕੇਅਰ ਅਤੇ ਡਰੱਗ ਟ੍ਰੀਟਮੈਂਟ ਬਿੱਲ ਜਿਹੜਾ ਹੈ ਪਾਸ ਕਰਨ ਜਾ ਰਹੇ ਹਾਂ, ਔਰ ਦੂਜਾ ਜਿਹੜੀ ਇਹ ਜਿਹੜੇ ਸਾਡੇ ਕੈਂਸਰ ਦੇ ਪੇਸ਼ੈਂਟ ਨੇ ਇਹਨਾਂ ਨੂੰ ਅਸੀਂ ਕਾਫੀ ਸਸਤੇ ਰੇਟ ਤੇ ਦਵਾਈਆਂ ਮੁਹੱਈਆ ਕਰਾਂਗੇ, ਇਸ ਕਿਸਮ ਦੀ ਗੱਲ ਉਹਨਾਂ ਨੇ ਕੀਤੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਜਿਹੜੀ ਹੈ ਪਹਿਲਾਂ ਹੀ ਮਾਸ ਕੈਂਸਰ ਅਵੇਅਰਨੈਸ ਜਿਹੜਾ ਹੈ ਉਹ ਪ੍ਰੋਗਰਾਮ ਚਲਾ ਰਹੀ ਹੈ, ਡੋਰ ਟੂ ਡੋਰ ਕੰਪੇਨ ਸ਼ੁਰੂ ਕੀਤੀ ਹੈ, ਜੋ ਵੀ ਸਰਕਾਰ ਨੇ ਕਿਹਾ, ਲੇਕਿਨ ਇਸ ਹਾਲਾਤ ਦੇ ਵਿੱਚ ਸਾਨੂੰ ਇਸ ਗੱਲ ਦੀ ਤਸੱਲੀ ਹੈ
ਜੀ ਗੁਰਪ੍ਰੀਤ ਸਿੰਘ ਚੰਦ ਬਾਜਾ ਦੇ ਪ੍ਰਧਾਨ ਨੇ, ਜੈਨੀ ਜੈਲ ਸਿੰਘ ਦਾ ਜਿਹੜਾ ਭਤੀਜਾ ਕੁਲਤਾਰ ਸਿੰਘ ਉਹ ਵੀ ਉਹਦੇ ਇੱਕ ਮੈਂਬਰ, ਹੋਰ ਬਹੁਤ ਸਾਰੇ ਬੰਦੇ ਸਾਡੇ ਨਾਲ ਇਸ ਕੰਪਲੇਨ ਚ ਜੁੜੇ ਨੇ। ਸਾਨੂੰ ਆਸ ਹੈ, ਮੈਨੂੰ ਇਸ ਗੱਲ ਦਾ ਵੀ ਦੁੱਖ ਹੈ ਤੇ ਰੋਸ ਹੈ ਤੇ ਸਾਰੇ ਮੈਂ ਦਰਸ਼ਕਾਂ ਨਾਲ ਚੈਨਲ ਪੰਜਾਬੀ ਦਾ ਸਾਂਝਾ ਕਰਨਾ ਚਾਹੁੰਦਾ ਕਿ ਇਹ ਗੱਲ ਸਾਨੂੰ ਦੇਖਣੇ ਪੈ ਰਹੇ ਨੇ ਕਿ ਇੱਕ ਟਾਈਮ ਸੀ ਕਿ ਅਸੀਂ ਗੁਰੂਆਂ ਪੀਰਾਂ ਫਕੀਰਾਂ ਦੇ ਨਾਂ ਤੇ ਗੱਡੀਆਂ ਦੇ ਨਾਂ ਰੱਖਦੇ ਸੀ, ਸਿੱਖਾਂ ਦੇ ਨਾਂ ਰੱਖਦੇ ਸੀ। ਹੁਣ ਬਠਿੰਡਾ ਤੋਂ ਜਿਹੜੀ ਟ੍ਰੇਨ ਬੀਕਾਨੇਰ ਨੂੰ ਜਾਂਦੀ ਹੈ ਉਸਦਾ ਨਾਮ ਕੈਂਸਰ ਟ੍ਰੇਨ ਰੱਖਿਆ ਹੋਇਆ, ਸਾਨੂੰ ਇਸ ਰਾਤ ਤੋਂ ਗੁਜ਼ਰਨਾ ਪੈ ਰਿਹਾ ਤੇ ਆਸ ਹੈ ਕਿ ਕੋਰਟ ਸਾਨੂੰ ਫੈਸਲਾ ਜਿਹੜਾ ਸੁਣਾਏਗੀ ਔਰ ਲੋਕਾਂ ਨੂੰ ਇਹਦਾ ਫਾਇਦਾ ਹੋਵੇਗਾ, ਦਵਾਈਆਂ ਦੀ ਸੁੱਤ ਬੰਦ ਹੋਏਗੀ, ਇਸ ਆਸ ਨਾਲ ਅਸੀਂ ਜਲਸਾ ਲੱਗੇ ਹੋਏ ਹਾਂ। ਬਹੁਤ ਅੱਛੇ, ਅਸੀਂ ਵੀ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇਸ ਦੇ ਵਿੱਚ ਸਫਲਤਾ ਮਿਲੇ ਤੁਹਾਨੂੰ, ਕਿਉਂਕਿ ਇਹ ਕਿਸੇ ਦਾ ਨਿੱਜੀ ਕਾਰਜ ਨਹੀਂ ਹੈ। ਤੁਸੀਂ ਉਹਨਾਂ ਲੋਕਾਂ ਦੀ ਬਾਂਹ ਫੜ ਰਹੇ ਹੋ ਜਿਨ੍ਹਾਂ ਦਾ ਅੱਗੇ ਵਿਚਾਰਿਆਂ ਦਾ ਕੋਈ ਨਹੀਂ ਹੈ, ਟੱਬਰਾਂ ਦੇ ਟੱਬਰ ਉੱਜੜ ਗਏ ਨੇ। ਸਰੋਤਿਓ, ਤੁਸੀਂ ਸੁਣਿਆ ਕਿ ਡਾਕਟਰ ਵਾਲੀਆ ਸਾਹਿਬ ਨੇ ਕਿਸ ਤਰ੍ਹਾਂ ਦੋ ਉਦਾਹਰਨਾਂ ਦਿੱਤੀਆਂ ਕਿ ਕਿਸੇ ਦਵਾਈ ਦੀ MSP ਹੈ ਜਿਹੜੀ MRP ਮੈਕਸੀਮਮ ਰਿਟੇਲ ਪ੍ਰਾਈਸ ਜਿਹੜੀ ਲਿਖੀ ਹੁੰਦੀ ਹੈ ਉਹ 1200 ਦੇ ਨੇੜੇ ਹੈ, 1190 ਅਤੇ ਬਾਹਰ ਉਹ 17000 ਦੀ ਵਿਕ ਰਹੀ ਹੈ, ਜਾਂ ਉਹੀ ਦਵਾਈ ਫਰੀਦਕੋਟ ਹਸਪਤਾਲ 'ਚੋਂ ਜਦੋਂ ਇਹਨਾਂ ਨੇ ਮੁਹੱਈਆ ਕਰਵਾਈ ਤਾਂ ਉਹ 650-700 ਦੀ ਸੀਗੀ ਅਤੇ ਉਹ ਦਵਾਈ ਬਾਹਰ 11000 ਰੁਪਏ ਦੀ ਸੀ। ਇਹਨਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਕੁ ਵੱਡਾ ਓਹਲਾ ਜਾਂ ਕਿੱਥੇ ਪੈਸਾ ਜਾਂਦਾ ਹੈ। ਉਹ ਹੁਣ ਪਟੀਸ਼ਨ ਡਾਕਟਰ ਸਾਹਿਬ ਨੇ ਦੱਸਿਆ ਕਿ ਉਹ ਲੱਗ ਗਈ ਹੈ, 7 ਮਈ ਅਗਲੀ ਤਰੀਕ ਹੈ। ਛੋਟਾ ਜਿਹਾ ਇੱਕ ਹੋਰ ਵਪਾਰਕ ਸੰਦੇਸ਼ਾਂ ਦਾ ਵਕਫਾ 'ਤੇ ਆ ਕੇ ਤੁਹਾਡੇ ਨਾਲ ਫਿਰ ਰੂਬਰੂ ਹੁੰਦੇ ਹਾਂ।